ਇਸ ਤਰ੍ਹਾਂ ਸਰਕਾਰ ਕਹਿ ਰਹੀ ਕਿ ਮੈਂ ਵਾਪਸ ਆ ਗਏ ਦਿੱਲੀ ਤੋਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਾਸਤੇ ਇਹ ਸਾਰਾ ਪ੍ਰੋਗਰਾਮ ਕੀਤਾ ਗਿਆ ਤਾਂ ਕਿ ਮੋਦੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਸੰਘਰਸ਼ ਚਿੱਤਰ ਬਤਰ ਨਹੀਂ ਹੋਇਆ ਇਹ ਅੱਗੇ ਨਾਲੋਂ ਵੱਧ ਕੇ ਲੋਕਾਂ ਦਾ ਜੋਸ਼ ਆਇਆ ਕਿਉਂਕਿ ਹੁਣ ਜਾ ਕੇ ਤੁਸੀਂ ਦੇਖੋ ਹਾਈਵੇ 'ਤੇ ਜੋ ਦਿੱਲੀ ਰੋਡ ਜਾਂਦੀ ਹੈ ਸੜਕਾਂ ਭਰੀਆਂ ਜਾਂਦੀਆਂ ਟਾਲੀਆਂ ਦੀਆਂ ਅਤੇ ਮੋਦੀ ਨੂੰ ਇਹ ਸ਼ੱਕ ਦੂਰ ਹੋ ਜਾਣਾ ਚਾਹੀਦਾ ਹੈ ਕਿ ਲੋਕ ਅੱਗੇ ਨੂੰ ਜ਼ਿਆਦਾ ਜਾਗਰੂਕ ਹੋਏ ਆ ਕਿਉਂ ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ ਉਹ ਕੰਮ ਹੋ ਗਿਆ ਤਾਂ ਇਸ ਕਰਕੇ ਇਹਦੇ ਨਾਲ ਜੋ ਲੋਕਾਂ ਨੂੰ ਹੋਰ ਜਾਗਰੂਕ ਹੋਣਗੇ ਉਹ ਵੱਧ ਤੋਂ ਵੱਧ ਸਮੂਲਿਤ ਕਰਨਗੇ ਸੰਘਰਸ਼ ਦੇ ਵਿੱਚ। ਕਿਸਾਨ ਮੋਰਚੇ ਦਿੱਲੀ ਦੁਆਰਾ ਹੁਕਮਾਂ ਦੇ ਅਨੁਸਾਰ ਅੱਜ ਮੈਸੇਜ ਦਿੱਤਾ ਗਿਆ ਕਿ 6 ਤਰੀਕ ਨੂੰ ਭਾਰਤ ਦੇ ਵਿੱਚ ਚੱਕਾ ਜਾਮ ਕੀਤਾ ਜਾਏਗਾ। ਅੱਜ ਪੂਰੇ ਐਕਸ ਸਰਵਿਸਮੈਨ ਔਰ ਭੀਮ ਆਰਮੀ ਜਿੰਨੇ ਵੀ ਇੱਥੇ ਮੈਂਬਰ ਸਾਹਿਬਾਨ ਖੜ੍ਹੇ ਨੇ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੇ ਨੇ ਕਿਉਂਕਿ ਮੋਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਨੇ ਜਿੰਨੀ ਦੇਰ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਰੱਦ ਕਰੇਗੀ ਭੀਮ ਆਰਮੀ ਔਰ ਕਿਸਾਨ ਯੂਨੀਅਨ ਔਰ ਉਸ ਤੋਂ ਬਾਅਦ ਸਰਵਿਸਮੈਨ ਲੀਗ ਜੋ ਵੀ ਹੈ ਇਹਨਾਂ ਦਾ ਹਮੇਸ਼ਾ ਸਮਰਥਨ ਕਰਦੇ ਰਹਿਣਗੇ।